ਸੱਤੇ ਖੈਰਾਂ ਵੇਖਣ ਵਾਲਿਆਂ ਦੀਆਂ, ਮੈਂ ਹਾਂ ਨਿਮਰਾ ਓਸਗੁਲ ਅਤੇ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਏਸ਼ੀਅਨ ਦੇ ਹਾਸੇ। ਯਕੀਨ ਮੰਨੋ ਤੁਸੀਂ ਆਪਣੇ ਹਾਸੇ ਨਹੀਂ ਰੋਕ ਸਕੋਗੇ, ਅਤੇ ਫਿਰ ਵਕਤ ਜ਼ਾਇਆ ਕੀਤਿਓ ਬਗੈਰ ਤੁਹਾਨੂੰ ਵਿਖਾਉਣੇ ਅੱਜ ਦੇ ਹਾਸੇ। ਜੂਣ ਜੋੜੀਆਂ ਭਾਗ ਲੱਗੇ ਰਹੇ। ਖੈਰ ਹੋਵੇ ਜੀ, ਬਹੁਤ ਮਿਹਰਬਾਨੀ ਜੀ, ਤੁਸੀਂ ਮੀਡੀਆ ਵਾਲਿਆਂ ਨੇ ਸਾਨੂੰ ਵੀ ਯਾਦ ਕੀਤਾ, ਨਹੀਂ ਤਾਂ ਧਮਾਕੇ ਵਿਖਾ ਵਿਖਾ ਤੁਸੀਂ ਮਰਨ ਵਾਲੇ ਹੋਏ। ਬਹੁਤ ਮਿਹਰਬਾਨੀ ਸਾਨੂੰ ਯਾਦ ਕਰਨ ਦਾ, ਸ਼ੁਕਰੀਆ। ਅਸੀਂ ਨਵਾਂ ਨਵਾਂ ਸੁਣਿਆ ਤੁਸੀਂ ਅਮੀਰ ਹੋਏ ਤੇ ਇਹ ਸਾਰਾ ਕੁਝ ਕਿਵੇਂ ਹੋਇਆ? ਅੱਧਾ ਲਾਹੌਰ ਅਮੀਰ ਹੋ ਗਿਆ, ਸਾਡੀ ਵਾਰੀ ਤੁਹਾਨੂੰ ਮੌਤ ਪੈ ਗਈ। ਅਸੀਂ ਨਾ ਅਮੀਰ ਹੁੰਦੇ, ਅਸੀਂ ਪੱਥਰ ਦੇ ਬਣੇ ਕਿ ਨਾ ਅਸੀਂ ਅੱਗੇ ਜਾਣਾ ਨਾ ਪਿੱਛੇ ਆਉਣਾ। ਲਾਹੌਰ ਸਾਰਾ ਮਿਹਨਤ ਕਰਕੇ ਅਮੀਰ ਆ, ਤੁਸੀਂ ਤੇ ਇੰਜੀ ਹੋ ਗਏ ਜੇ। ਸਾਡੇ ਜਿੰਨੀ ਮਿਹਨਤ ਕਿਹਨੇ ਕੀਤੀ? ਅਸੀਂ ਕਦੋਂ ਦੇ ਅਮੀਰ ਹੋਏ ਆ, 200 ਵਾਰੀ ਨਹਾ ਲਿਆ, ਹੁਣ ਵੀ ਕੱਪੜਿਆਂ 'ਚੋਂ ਪੁਰਾਣੇ ਤੰਬੂਆਂ ਦੀ ਸਮੈਲ ਆਉਣ ਡਈ। ਤੇ ਨਵੇਂ ਨਵੇਂ ਅਮੀਰ ਹੋਏ ਕਿਹਦਾ ਮਹਿਸੂਸ ਕਰ ਰਹੇ ਹੋ? ਅਮੀਰ ਹੋ ਕੇ ਬੰਦਾ ਅੱਛਾ ਹੀ ਮਹਿਸੂਸ ਕਰਦਾ, ਠੰਡਾ ਏਸੀ ਚੱਲ ਰਿਹਾ, ਸਕੂਨ ਨਾਲ ਸੁੱਤੇ ਆ, ਦਿਨ ਲੇਟ ਉੱਠੀਦਾ, ਮਜ਼ੇ ਆ ਰਹੇ ਨੇ ਜ਼ਿੰਦਗੀ ਦੇ। ਤੇ ਜਿਹੜੀ ਕਲੋਨੀ 'ਚ ਤੁਸੀਂ ਰਹਿ ਰਹੇ ਹੋ, ਉਸ ਕਲੋਨੀ 'ਚ ਲੋਕ ਤੁਹਾਡਾ ਮਜ਼ਾਕ ਨਹੀਂ ਉਡਾਉਂਦੇ? ਤੇਰੀਆਂ ਖੈਰਾਂ, ਕਿਉਂ ਮਜ਼ਾਕ ਉਡਾਉਣਾ ਸਾਡਾ, ਅਸੀਂ ਆਪਣੇ ਘਰ ਰਹਿ ਰਹੇ ਹੋ, ਆਪਣੇ ਘਰ ਰਹਿ ਰਹੇ ਨੇ, ਸਿਰਫ ਪਿੱਛੋਂ ਕਿਸੇ ਵੇਲੇ ਕਹਿੰਦੇ ਨੇ ਦੁਰ, ਸਾਨੂੰ ਵੀ ਮਜ਼ਾ ਆਉਂਦਾ ਰਹਿੰਦਾ, ਅਸੀਂ ਭੁੱਲ ਗਏ ਸਾਨੂੰ। ਅੱਛਾ ਅੱਛਾ, ਤੇ ਕਿਸੀ ਇੰਜ ਹੋਇਆ ਕਿ ਕਲੋਨੀ ਦੇ ਵਿੱਚ ਬੱਚਿਆਂ ਨੇ ਪਿੱਛੋਂ ਤੁਹਾਨੂੰ ਜਾਂਦੇ ਆਵਾਜ਼ਾਂ ਮਾਰੀ, ਉਹ ਭਾਂਡੀ ਓਏ? ਆ ਇੱਕ ਦੋ ਵਾਰ ਮਾਰੀਆਂ, ਲੇਕਿਨ ਮੈਂ ਮਾਈਂਡ ਨਹੀਂ ਕੀਤਾ, ਮੈਂ ਕਿਹਾ ਵੱਡੇ ਹੋਣਗੇ ਤੇ ਹਟ ਜਾਣਗੇ। ਠੀਕ, ਬੱਚੇ ਨਾਲ ਕੀ ਲੜਨਾ ਹੁਣ ਤੁਸੀਂ, ਕੀ ਸਮਝਦੇ ਹੋ? ਹੁਣ ਮਜ਼ਾ ਆਉਣ ਡਿਆ ਜੀ ਜ਼ਿੰਦਗੀ ਦਾ। ਅੱਛਾ, ਪਹਿਲੇ ਗੱਡੀ ਦੇ ਥੱਲੇ ਆਉਣੇ ਸੀ, ਹੁਣ ਗੱਡੀ ਦੇ ਵਿੱਚ ਫਿਰਨ ਡਏ ਆ। ਕੀ ਬਾਤ ਹੈ, ਤੁਸੀਂ ਮਾਸ਼ਾਅੱਲਾ ਐਡੀ ਵੱਡੀ ਗੱਡੀ 'ਚ ਫਿਰਦੇ ਹੋ, ਇਹ ਨਵੀਂ ਨਵੀਂ ਗੱਡੀ 'ਚ ਫਿਰਨ ਦਾ ਕਿਹੋ ਜਿਹਾ ਮਜ਼ਾ? ਕਿਸ ਤਰ੍ਹਾਂ ਲੋਕਾਂ ਨੂੰ ਮਜ਼ਾ ਆਉਂਦਿਆ, ਸਾਨੂੰ ਵੀ ਆਉਂਦੇ ਆ, ਆ ਸਾਡਾ ਸ਼ਰੀਕਾ ਸਾਰਾ ਸੜਿਆ ਸਾਡੇ ਤੋਂ, ਹੈ ਆ ਝੁੱਗੀਆਂ 'ਚ ਬੈਠੇ ਨੇ ਸਾਡਾ ਸਾਰਾ ਸ਼ਰੀਕਾ। ਅੱਛਾ, ਆ ਲੈਣਾ ਦੇ ਨਾਲ ਨਾਲ ਆ ਜਾਣੋ ਸ਼ਦਰੇ ਵਾਲੇ ਪਾਸੇ, ਉੱਥੇ ਸਾਡੇ ਬੈਠੇ ਨੇ ਜੀ ਸਾਰੇ। ਉਹ ਮੈਂ ਆਪਣੇ ਇੱਕ ਨਾ ਸਾਂਢੂ ਨੂੰ ਵਿਖਾਇਆ, ਮੈਂ ਕਿਹਾ ਵੇਖੋ ਕਿੱਡਾ ਸੋਹਣਾ ਘਰ ਬਣਾਇਆ, ਆ ਵੇਖ ਮਾਰਬਲ ਲਵਾਇਆ, ਅੱਗੋਂ ਸਿਗਰਟ ਲਾ ਕੇ ਕਹਿੰਦਾ ਬੰਬ ਕੇ ਕਿਹੜਾ ਜ਼ੋਰ, ਉਹ ਚੱਲਿਆ ਉਹ ਜਾਣਾ ਹੀ। ਮੈਂ ਕਿਹਾ ਵੇ ਸੜ ਗਿਆ ਸਾਡੇ ਕੋਲ, ਹੈ ਆਪ ਝੁੱਗੀ 'ਚ ਰਹਿਣ ਡਿਆ ਉੱਥੇ। ਤੇ ਅੱਛਾ, ਤੁਸੀਂ ਜਿਹੜੇ, ਮੈਂ ਉਹਨੂੰ ਫਿਰ ਤੜੀ ਵੀ ਲਾਈ ਹੈ। ਅੱਛਾ, ਮੈਂ ਕਿਹਾ ਜਿੱਦਣ ਮੈਨੂੰ ਗੁੱਸਾ ਚੜਿਆ ਨਾ, ਮੈਂ ਤੇਰਾ ਸਾਰਾ ਮਕਾਨ ਤਹਿ ਕਰਕੇ ਰੱਖ ਦੇਣਾ, ਜਦਾਰੀ ਬਾਅਦ ਕੱਪੜੇ ਦੀ ਝੁੱਗੀ 'ਚ ਰਹਿਣ ਡਿਆ। ਇਹ ਤਾਂ ਗੱਲ ਬਾਤ, ਮੇਰਾ ਵੱਡਾ ਘਰ ਡਬਲ ਮੰਜ਼ਲੀ ਘਰ ਆ, ਬਾਹਰ ਗੇਟ ਲੱਗਾ ਵੱਡਾ, ਬੈਲ ਲੱਗੀ ਆ। ਤੇ ਐਡੇ ਵੱਡੇ ਘਰ 'ਚ ਤੁਸੀਂ ਇਕੱਲੇ ਹੀ ਰਹਿੰਦੇ ਜੇ? ਤੇਰੀਆਂ ਖੈਰਾਂ, ਤੇ ਬਾਕੀ ਜਿਹੜੇ ਜੀ ਨੇ ਉਹ ਮੈਂ ਸੁੱਕਣੇ ਪਏ, ਜਾਂ ਮੈਂ ਪਾਗਲਖਾਨੇ ਦਿੱਤੇ ਨੇ ਕਿ ਯਾਰ ਹੁਣ ਘਰ ਆ ਗਏ, ਹੁਣ ਇੱਥੇ ਮੈਂ ਆਰਾਂਗਾ ਗੱਲਾਂ। ਤੇ ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜੀ ਕਲੋਨੀ 'ਚ ਤੁਸੀਂ ਰਹਿੰਦੇ ਹੋ, ਉੱਥੇ ਵੀ ਤੁਸੀਂ ਕਿਤੇ ਭੰਡ ਪੁਣਾ ਤਾਂ ਨਹੀਂ ਸਟਾਰਟ ਕਰਤਾ? ਦੁਰ ਲਾਈ ਯਾਰ, ਜੂਣ ਜੋੜੀਆਂ ਭਾਗ ਲੱਗੇ ਰਹਿਣ, ਇਹ ਸਾਡਾ ਮੋਨੋਗ੍ਰਾਮ ਹੈ ਜੀ, ਇਹ ਤਾਂ ਰਹਿਣਾ ਹੀ ਰਹਿਣਾ, ਸ਼ਰੀਕਾ ਸੜਿਆ ਅੱਗੇ ਮੇਰੇ ਤੋਂ। ਉਹ ਕਿਉਂ? ਹਰ ਬੰਦਾ ਜੈਲਸ, ਆ ਮਹੱਲੇ 'ਚ ਲੱਸੀ ਵਾਲਾ ਬੰਦਾ ਰਹਾ, ਉਹਨੂੰ ਜਾ ਕੇ ਮੈਂ ਕਿਹਾ ਯਾਰ ਇੱਕ ਲੱਸੀ ਦੇ ਗਲਾਸ ਤੇ ਬਣਾ। ਸ਼ਿਕਰ ਦੁਪਹਿਰ ਧੁੱਪ ਲੱਗੀ, ਉਹਨੇ ਇੰਜ ਕਰਕੇ ਬਰਫ਼ ਸੁੱਟੀ ਵਿੱਚ, ਦੁੱਧ ਸੁੱਟਿਆ, ਦਹੀਂ ਸੁੱਟਿਆ, ਇੰਜ ਕਰਕੇ ਲੱਸੀ ਬਣਾਉਣ ਲੱਗਿਆ ਤੇ ਇੱਕਦਮ ਠੰਡੀ ਹਵਾ ਆਈ। ਮੇਰਾ ਮੂੰਹ ਵੇਖ ਕੇ ਕਹਿੰਦਾ ਖਾਨ ਸਾਹਿਬ ਮੈਂ ਬੜੀਆਂ ਚੀਜ਼ਾਂ ਵਾਪਸ ਨਹੀਂ ਜੇ ਕਰਦਾ। ਅੱਛਾ, ਇੱਕ ਗੱਲ ਦੱਸੋ, ਇਤਨੇ ਇੱਕ ਗੱਲ ਕੋਈ ਦੱਸੋ, ਤੂੰ ਦੂਜੀ ਵੀ ਪੁੱਛ, ਅੱਗੋਂ ਮਰ ਜਾਣਾ। ਆਪਣੇ ਵਾਲ ਤੇ ਵੇਖ ਜਿਵੇਂ ਛੱਲੀ ਪੁੱਟੀ ਹੈ, ਮੇਰਾ ਬਹੁਤ ਤੈਨੂੰ ਜੁਗਤਾਂ ਕਰਨ ਨੂੰ ਦਿਲ ਕਰ ਰਿਹਾ, ਮੇਰਾ ਹੱਥ ਸੌਖਾ ਹੋ ਗਿਆ, ਪਹਿਲੇ ਬਹੁਤ ਲੱਗਦਾ ਔਖਾ ਸੀ ਤੁਹਾਡਾ ਹੱਥ। ਤੂੰ ਹੱਸ ਨਹੀਂ, ਤਾਂ ਲੱਗਦਾ ਇੰਡੀਆ ਦੇ ਕਾਰਟੂਨ ਲੱਗੇ ਨੇ। ਅੱਛਾ, ਤੁਸੀਂ ਐਡੇ ਅਮੀਰ ਹੋ ਗਏ, ਕੱਪੜੇ ਤੁਸੀਂ ਹੁਣ ਵੀ ਭੰਡਾ ਵਾਲੇ ਪਾਏ ਨੇ? ਇਹ ਭੰਡਾ ਵਾਲੇ ਨਹੀਂ, ਵਧੀਆ ਕੱਪੜੇ ਆ, ਸੋਹਣੇ ਕੱਪੜੇ ਆ, ਨਫੀਸ ਲੋਕਾਂ ਵਾਲੇ ਕੱਪੜੇ ਆ। ਤੁਹਾਨੂੰ ਕੋਈ ਸਮਝ ਹੋਵੇ ਤੇ ਬੰਦਾ ਤੁਹਾਨੂੰ ਦੱਸੇ ਨਾ ਕਿ ਇੰਜ ਨਹੀਂ ਹੁੰਦਾ। ਇਹੋ ਜਿਹੇ ਕੱਪੜਿਆਂ ਤੁਸੀਂ ਘਰ ਪੋਚਾ ਨਹੀਂ ਮਾਰਦੇ? ਅੱਛਾ ਜੀ, ਜਿਹੋ ਜਿਹੇ ਤੁਸੀਂ ਪਾਏ ਆ, ਮੈਂ ਤੁਹਾਡੇ ਰੰਗ ਨਾਲ ਵਾਹਵਾ ਮੈਚ ਹੁੰਦੇ। ਅੱਛੀ ਗੱਲ ਹੈ, ਚੀਜ਼ ਵੇਖ ਸੋਚ ਕੇ ਲੈਣੀ ਚਾਹੀਦੀ। ਹੁਣ ਵੇ ਨਾ, ਤੇਰੀ ਕੋਈ ਜ਼ਿੰਦਗੀ ਹੈ ਨਾ, ਤੇਰਾ ਮੂੰਹ ਤੇਰੇ ਹੱਥਾਂ ਨਾਲ ਮੈਚ ਹੋਣ ਡਿਆ, ਨਾ ਤੇਰਾ ਫਿਗਰ ਮੈਚ ਹੋਣ ਡਿਆ, ਹੈ ਲਾਦੇ ਸੁਜ਼ੂਕਾ ਬੈਠਾ ਹੈ, ਇੱਧਰ ਬਜ਼ੂਕਾ ਬੈਠਾ। ਮੇਰੀ ਗੱਲ ਸੁਣ, ਅਸੀਂ ਤੇਰੇ ਚੈਨਲ ਤੇ ਟਾਈਮ ਕੱਢ ਕੇ ਆਏ ਹਾਂ ਬਹੁਤ, ਮੇਰੇ ਕੋਲ ਤੇ ਅੱਜ ਕੱਲ੍ਹ ਟਾਈਮ ਹੀ ਨਹੀਂ, ਸ਼ਰੀਕਾ ਸੜਿਆ ਪਿਆ ਮੇਰੇ ਤੋਂ। ਯਕੀਨ ਕਰ, ਮੇਰੇ ਘਰ ਲੋਕ ਕਾਲੇ ਮਾਂਹ ਸੁੱਟਦੇ ਨੇ, ਮਸਲ ਸੁੱਟਦੇ ਨੇ,
ਲੋਕੀ ਮੇਰੇ ਤੇ ਜਾਦੂ ਟੂਣੇ ਕਰਾਉਣ ਡਏ ਨੇ ਕਿ ਅਮਰੀਕਾ ਤੋਂ ਹੋ ਗਿਆ। ਹਾਂਜੀ ਉਹ ਤੇ ਜਿੰਨ ਨੂੰ ਪਤਾ ਕਿ ਯਾਰ ਜੀ ਇਹਨਾਂ ਘਰ ਚਲੇ ਗਏ ਤੇ ਮਸਕੀਨ ਦੇ ਮਸਕੀਨ ਇਹਨਾਂ ਬਕਾਇਆ ਤੇ ਕੱਖ ਵੀ ਨਹੀਂ ਹੋਣਾ ਭਾਵੇਂ ਜਿੰਨੇ ਮਰਜ਼ੀ ਅਮੀਰ ਹੋ ਗਏ ਨੇ। ਅੱਛਾ ਅੱਛਾ ਖਾਣ ਪੀਣ ਨਾਲ ਮਤਲਬ ਤੁਸੀਂ ਅੱਜ ਵੀ ਉਂਝ ਹੀ ਹੈ? ਮੈਂ ਕਿਹਾ ਮੰਗ ਕੇ ਖਾਣਾ ਮੰਗ ਕੇ ਨਹੀਂ ਖਾਣਾ, ਹੁਣ ਸਾਡੇ ਕੋਲ ਖੁੱਲੇ ਪੈਸੇ ਨੇ, ਅਸੀਂ ਮੋਨੋਗ੍ਰਾਮ ਰੱਖਿਆ ਏਟੀਐਮ ਤੇ, ਮੈਂ ਕਾਰਡ ਮਾਰਾਂ ਤੇ ਇੱਕਦਮ ਪੈਸੇ ਨਹੀਂ ਆਉਂਦੇ, ਪਹਿਲੇ ਆਵਾਜ਼ ਆਉਂਦੀ ਫਿਰ ਪੈਸੇ ਆਉਂਦੇ। ਇਹ ਨਹੀਂ ਤਾਂ ਨਹੀਂ ਹੁੰਦਾ ਤੁਸੀਂ ਘਰ ਜਾਓ ਤੇ ਅੰਮੀ ਰੋਟੀ ਦੇ ਦੇ, ਇੰਝ ਵੈਸੇ ਮੰਗੀਏ ਤੇ ਅੱਛੀ ਬਣੀ ਹੁੰਦੀ ਹੈ। ਅਸੀਂ ਬੈਲ ਵੀ ਉਹ ਲਵਾਈ, ਕੋਈ ਬੰਦਾ ਬਾਹਰੋਂ ਦਿੰਦਾ ਡਰ ਲਾਈ ਗਰ, ਬੈਲ ਵੀ ਅਸੀਂ ਉਹ ਲਵਾਈ ਹੈ, ਉਹ ਵੀ ਲਵਾਈ, ਅਸੀਂ ਆਪਣਾ ਭੁੱਲੇ ਨਹੀਂ। ਕੀ ਬਾਤ ਹੈ, ਭਾਵੇਂ ਜਿੰਨੇ ਮਰਜ਼ੀ ਅਮੀਰ ਹੋ ਗਏ ਹਾਂ। ਵਾਹ ਜੀ ਵਾਹ। ਅੱਛਾ ਖਾਨ ਸਾਹਿਬ, ਤੁਸੀਂ ਸਾਬਣ ਕਿਹੜਾ ਇਸਤੇਮਾਲ ਕਰਦੇ ਜਿਹੜਾ ਤੁਹਾਡੀ ਮੈਲ ਲਾਉਂਦਾ ਹੋਵੇ? ਮੈਂ ਉਹ ਇਸਤੇਮਾਲ ਕਰਨਾ ਜਿਹਦੇ ਨਾਲ ਝੱਗ ਬਣ ਜੇ। ਕੀ ਬੇਵਕੂਫ ਵਾਲੇ ਸਵਾਲ ਨੇ ਹੈ। ਮੇਰਾ ਇੱਕ ਛੋਟਾ ਭਰਾ ਬੜਾ ਕੰਜੂਸ ਆਦਮੀ, 7 ਸਾਲ ਹੋ ਗਏ ਉਹ ਸਾਬਣ ਇਸਤੇਮਾਲ ਕਰ ਰਿਹਾ ਔਰ ਸਾਬਣ ਖੁਰ ਨਹੀਂ ਰਿਹਾ, ਉਹਨੇ ਲੈਮੀਨੇਸ਼ਨ ਕਰਵਾਇਆ, ਇੱਕ ਦਾਦ ਵਾਲੀ ਕੋਈ ਗੱਲ ਨਹੀਂ ਗੀ। ਉਹਨੇ ਖੁਰਨਾ ਕਿਵੇਂ ਸੀ? ਉਹ ਤੁਸੀਂ ਨਹਾਉਂਦੇ ਹੋ ਸਾਬਣ ਨੂੰ, ਤੂੰ ਤੁਹਾਡੇ ਕੋਲ ਬਹੁਤ ਆਉਂਦੀ। ਕੋਈ ਐਸੀ ਗੱਲ ਨਹੀਂ, ਜਮਹੂਰੀਏ ਤੇ ਉਹਦਾ ਵੀ ਹੱਕ ਹੈ, ਕੋਈ ਐਸਾ ਮਸਲਾ ਨਹੀਂ ਗਾ। ਉਹ ਤੁਸੀਂ ਯਕੀਨ ਮਾਨੋ ਐਡਾ ਕੰਜੂਸ ਹੈ ਮੇਰਾ ਭਰਾ ਕਿ ਉਹਦੀ ਬੇਗਮ ਕੱਪੜੇ ਧੋ ਰਹੀ ਹੋਵੇ ਨਾ ਤੇ ਨਾਲੀ 'ਚ ਝੱਗ ਨਹੀਂ ਨਿਕਲਦੀ, ਉਹ ਬਾਹਰ ਧੋਤੀ ਧੋ ਰਿਹਾ ਹੁੰਦਾ ਉਸ ਝੱਗ ਨੂੰ। ਅਸੀਂ ਤਾਂ ਵੈਲ ਸੈਟਲਡ ਹੋ ਗਏ ਹੁਣ, ਸਾਨੂੰ ਤਾਂ ਪਤਾ ਹੀ ਨਹੀਂ ਗਾ, ਅਸੀਂ ਤਾਂ ਚਰਗਾ ਅੱਧਾ ਵਿੱਚ ਛੱਡ ਦਿੰਦੇ ਹਾਂ, ਹੋਏ 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 ਕੁਛ ਛੱਡ ਰਿਹਾ, ਖਾ ਆਰਾਮ ਨਾਲ ਬੈਠ ਹੈ। ਰੋਟੀ ਖਾ ਰਹੇ ਹੋਈ ਨਾ ਤੇ ਤੇਰੇ ਵਰਗੀਆਂ ਮੰਗਣ ਵਾਲੀਆਂ ਬੁੜੀਆਂ ਆਉਂਦੀਆਂ ਜਿਹੜੀਆਂ ਮੂੰਹ ਨਹੀਂ ਮੰਗਦੀਆਂ, ਖਲੋਤੀਆਂ ਰਹਿੰਦੀਆਂ, ਸਮਝ ਤੇ ਗਈ ਹੋਵੇ। ਜਿਸ ਤਰ੍ਹਾਂ ਤੁਹਾਡੀ ਸ਼ਕਲ ਹੈ ਤੁਸੀਂ ਐਂਕਰ ਨਹੀਂ ਲੱਗਦੇ, ਤੁਹਾਡੇ ਵਰਗੀਆਂ ਔਰਤਾਂ ਪਿੰਡਾਂ 'ਚ 3 ਨੰਬਰ ਕੀ ਹੋ ਵੇਚਦੀਆਂ, 2 ਨੰਬਰ ਵੀ ਨਹੀਂ ਹੈ। ਉਹ ਜਦੋਂ ਵੇਚ ਕੇ ਚਲੇ ਜਾਂਦੀਆਂ ਪਿੱਛੋਂ ਸਾਰਾ ਪਿੰਡ ਬਾਦੂਆਵਾਂ ਦੇ ਉਹਨੂੰ ਖਾਪੜੀ ਕਹਿੰਦੀ ਸੀ, ਠੀਕ ਹੈਗਾ ਨਹੀਂ ਗੱਲ, ਬਹੁਤ ਜੁਗਤਾਂ ਕਰਨ ਨੂੰ ਮੇਰਾ ਦਿਲ ਕਰ ਰਿਹਾ ਤੁਹਾਨੂੰ। ਇੰਨਾ ਪੈਸਾ ਤੁਸੀਂ ਕਮਾ ਲਿਆ? ਹਾਂਜੀ। ਤੇ ਥੋੜ੍ਹੇ ਜਿਹੇ ਪੈਸੇ ਮੂੰਹ ਤੇ ਵੀ ਲਾ ਲੈਣੇ ਸੀ, ਮਤਲਬ ਫਿਸ਼ਲ ਫੁਸ਼ਲ ਉਹਨੇ ਮੂੰਹ ਤੇ ਸੰਗੇ ਮਰਮਰ ਲਵਾ ਦੇ ਹੈ, ਜਾਂ ਮੂੰਹ ਤੇ ਬੱਚਿਆਂ ਵਾਲੇ ਭੰਗੂੜਾ ਲਵਾ ਦੇ, ਕਿ ਬੱਚੇ ਮੇਰੇ ਮੂੰਹ ਤੋਂ ਇੱਥੋਂ ਚਿਕੜ ਕੇ ਤੇ ਉੱਤੇ ਐਨੇ ਹੈ। ਨਹੀਂ ਬੰਦਾ ਬਹੁਤਾ ਥੋੜ੍ਹਾ ਜਿਹਾ ਪੈਸੇ ਚਾਰ ਲਾਏ ਹੁਣ ਤੇ ਕਿਆ ਪੀਸ ਨਿਕਲਦਾ ਵਿੱਚੋਂ, ਵਿੱਚ ਜਿਹੜਾ ਤੂੰ ਐ ਕਰਨੀ ਨਾ ਜੰਜਾ, ਇੱਕ ਦੋ ਤੂੰ ਵੀ ਮੰਗੀ ਐ, ਤੂੰ ਮੰਨ ਨਹੀਂ ਰਹੀ ਹੁਣ, ਤੇਰੇ ਘਰ ਦੀ ਵੀ ਤਲਾਸ਼ੀ ਲਈਏ ਤੇ 35 ਸਾਲ ਪੁਰਾਣੀ ਬਿਰਿਆਨੀ ਨਿਕਲ ਆਉਂਦੀ ਤੇਰਾ, ਜਿੱਦਣ ਮੈਂ ਬਰੀਫ ਕੇਸ ਖੋਲਿਆ 'ਚ ਉਹ ਪੀਜ਼ਾ ਨਿਕਲਣਾ ਜਦੋਂ ਪੀਜ਼ਾ ਪਹਿਲੀ ਵਾਰੀ ਲਾਉਣਾ ਹੈ, ਹੈ ਤੂੰ ਵੀ ਮੰਗਣ ਵਾਲੀ ਹੋਈ, ਜਰਾ ਪੌਸ਼ ਹੋਈ ਹੈ, ਪੜ੍ਹ ਲਿਖ ਕੇ ਠੀਕ ਹੋਈ ਹੈ। ਨਹੀਂ ਅਲਹਮਦੁਲਿਲਾ, ਮੈਂ ਤੇ ਸ਼ੁਰੂ ਤੋਂ ਹੀ ਐਂਕਰ ਹਾਂ। ਤੇਰੇ ਘਰ ਅੱਜ ਵੀ ਉਹ ਡੋਲਣੀ ਹੈਗੀ, ਜੇ ਮੰਗੀ ਹੈ ਨਾ ਮੰਗੀ ਅਗਲਾ ਸਾਲਣ ਪਾ ਜਾਂਦਾ। ਅੱਛਾ ਤੁਹਾਡੀ ਜਿਹੜੀ ਹਾਂਡੀ ਉਹ ਕਿਵੇਂ ਪੱਕਦੀ? ਅੱਛਾ ਹੱਥ ਤੂੰ ਇੰਝ ਹੀ ਕਰਨ ਜਿਵੇਂ ਤੇਰੇ ਪਕੌੜੇ ਵਾਲੀ ਦੁਕਾਨ ਵੀ ਸੀ ਪਹਿਲੇ। ਅੱਛਾ ਇਹ ਕੱਢ ਕਿੰਨੇ ਚਾਹੀਦੇ ਨੇ ਜੀ? ਕੋਈ ਐਂਕਰ ਵਾਲੀ ਗੱਲ ਹੈ ਤੇਰੇ 'ਚ? ਮਤਲਬ ਤੁਹਾਡੇ ਬਾਰੇ 'ਚ ਅਸੀਂ ਪੁੱਛਣ ਵਾਸਤੇ ਬੈਠੇ ਹਾਂ। ਤੇਰੇ ਵਰਗੀਆਂ ਫਿਕਰ ਦੀਆਂ ਔਰਤਾਂ ਨਾ ਪਿੰਡਾਂ 'ਚ ਜਾ ਕੇ ਕਹਿੰਦੀਆਂ ਬਾਜੀ ਨਵੇਂ ਖੇਸ ਆਏ ਜੇ। ਤੁਹਾਡੀ ਹਾਂਡੀ 'ਚ ਕਿਹੜਾ ਲੂਣ ਪਾਉਂਦੀ ਜੀ ਤੁਸੀਂ? ਲੋ ਇੰਨੀ ਕਿਤੇ ਸਮਝ ਹੈਗੀ ਉਹਨੂੰ, ਹਾਂਡੀ ਦੇ ਵਿੱਚ ਲੂਣ ਹੀ ਪੈਂਦਾ ਜਾਂ ਹਾਂਡੀ ਦੇ ਵਿੱਚ ਰੌਲਾ ਪੈਂਦਾ? ਨਹੀਂ ਮਤਲਬ ਹਾਂਡੀ ਦੇ ਵਿੱਚ ਮੱਲੇਦਾਰ ਆ ਕੇ ਕਹਿੰਦੇ ਨੇ ਪਾ ਇਹਨੇ 'ਚ ਧਮਾਲ ਪਾ ਲਈਏ। ਆ ਸ਼ਰੀਕਾਂ ਸ਼ਰੀਕ ਸੜ ਗਏ ਮੇਰੇ ਤੋਂ, ਮੈਂ ਮੁੰਡੇ ਦਾ ਵਿਆਹ ਕੀਤਾ, ਮੈਂ 60 ਲੱਖ ਰੁਪਈਆ ਲਾ ਦਿੱਤਾ। ਇੱਕ ਮੈਂ ਆਪਣੇ ਸ਼ਰੀਕ ਨੂੰ ਪੁੱਛਿਆ, ਮੈਂ ਕਿਹਾ ਵਿਆਹ ਦਾ ਮਜ਼ਾ ਆਇਆ ਜੀ? ਉਹ ਕਿਤੇ ਹਾਂਡੀ 'ਚ ਪੈ ਗਿਆ ਲੂਣ ਬਹੁਤਾ, ਨਾਈ ਦੀ ਬੇਵਕੂਫੀ, 60-70 ਲੱਖ ਲੱਗਾ ਮੇਰੇ 'ਤੇ ਪਾਣੀ ਫਿਰ ਗਿਆ। ਮੈਂ ਸ਼ਰੀਕ ਨੂੰ ਪੁੱਛਿਆ, ਮੈਂ ਕਿਹਾ ਵਿਆਹ ਦਾ ਮਜ਼ਾ ਆਇਆ ਜੀ ਮੁੰਡੇ ਦੇ ਵਲੀਮੇ ਦਾ? ਉਹ ਕਹਿੰਦਾ ਕਿੰਨੇ ਪੈਸੇ ਲੱਗ ਗਏ? ਮੈਂ ਕਿਹਾ 70 ਲੱਖ ਰੁਪਈਆ। ਕਹਿੰਦਾ ਲੱਗ ਗਿਆ ਹੋਣਾ ਭਾਈ, 55 ਲੱਖ ਦਾ ਤੁਹਾਡਾ ਲੂਣ ਹੀ ਪੈ ਗਿਆ। ਸੜ ਗਏ ਸ਼ਰੀਕ ਮੇਰੇ ਮੁੰਡੇ ਦੇ ਵਿਆਹ ਤੋਂ ਹੀ। ਚੰਗੀ ਗੱਲ ਹੈ ਜੀ, ਸੜ ਗਏ ਨੇ, ਸੜਨਾ ਹੀ ਚਾਹੀਦਾ, ਸ਼ਰੀਕਾਂ ਨੂੰ ਸਾੜਨਾ ਚਾਹੀਦਾ। ਹੁਣ ਤੇ ਸਾਡਾ ਹੱਥ ਪੈ ਠੀਕ ਹੋ ਗਿਆ। ਆ ਮੈਂ ਤੇ ਮੇਰਾ ਭਰਾ ਵੱਡਾ ਸੀ, ਦੋਵੇਂ ਪੰਡ ਸੀ, ਉਹ ਪੂਰੇ ਮਾਝੇ ਦੀਆਂ ਜੰਜਾਂ ਮੰਗੀਆਂ। ਅਸੀਂ ਇੱਕ ਘਰ 'ਚ ਗਏ ਹਾਂ ਤੇ ਉਹ ਬੰਦਾ ਕਹਿੰਦਾ 1 ਜਣਾ ਆ ਜਾਓ। ਉਹ ਮੇਰਾ ਭਰਾ ਅੰਦਰ ਗਿਆ, ਉਹਨੂੰ ਬਹੁਤ ਕੁੱਟਿਆ ਫੜ ਕੇ, ਬੇਬਾ ਕੁੱਟਿਆ, ਉਹ ਦੰਦਾਂ ਹੀ ਤੀਲੀਆਂ ਮਾਰਦਾ ਬਾਹਰ ਆਇਆ। ਮੈਂ ਕਿਹਾ ਲਾਲਾ ਸੁਣਾ, ਕਹਿੰਦਾ ਅੰਦਰ ਡਿਸ਼ਾਂ ਬਹੁਤ ਵਧੀਆ। ਉਹ ਮੈਂ ਅੰਦਰ ਗਿਆ, ਉਹਨੇ ਮੈਨੂੰ ਵੀ ਕੁੱਟਣਾ ਸ਼ੁਰੂ ਕਰਤਾ, ਮੈਂ ਵੀ ਮੂੰਹ ਮੱਧ ਹੋ ਕੇ ਮੈਂ ਵੀ ਤੀਲੀਆਂ ਮਾਰਦਾ ਬਾਹਰ ਨਿਕਲਿਆ। ਕਹਿੰਦਾ ਸੁਣਾ, ਮੈਂ ਮੈਨੂੰ ਵੀ ਤੇਰੇ ਵਾਲੇ ਭਾਂਡੇ 'ਚ ਪਾ ਕੇ ਦੇ ਛੱਡਿਆ।
ਅੱਛਾ, ਅਮੀਰ ਹੋ ਕੇ ਹੁਣ ਵੀ ਤੁਸੀਂ ਹਾਂਡੀ ਘਰ 'ਚ ਪਕਾਉਂਦੇ ਹੋ ਜਾਂ ਜੰਜ ਵੱਲੋਂ ਮੰਗ ਲਿਆਉਂਦੇ ਜੇ? ਨਹੀਂ ਜੀ, ਹਾਂਡੀ ਹੁਣ ਅਸੀਂ ਘਰ ਨਹੀਂ ਪਕਾਉਂਦੇ, ਇੱਥੋਂ ਅਸੀਂ ਗੱਡੀ ਦੇ ਪਿੱਛੇ ਹਾਂਡੀ ਰੱਖਦੇ ਹਾਂ, ਅਸੀਂ ਚਲੇ ਜਾਂਦੇ ਖਾਨੇ ਵੱਲ, ਉਦੋਂ ਅੱਗੇ ਇੱਕ ਕੱਚਾ ਉਹਦੇ ਅੰਦਰ ਜਾ ਕੇ ਹਾਂਡੀ ਪਕਾਈ ਦੀ, ਫਿਰ ਵਾਪਸ ਲਿਆਈ ਦੀ। ਇਹ ਕੋਈ ਸਵਾਲ ਹੈ ਤੁਹਾਡਾ ਜਨਰਲ ਨੌਲੇਜ ਦਾ ਜਾਂ ਅਕਲਮੰਦਾਂ ਵਾਲਾ? ਨਹੀਂ, ਮਤਲਬ ਤੁਸੀਂ ਜੰਜਾਂ 'ਚ ਜਾਂਦੇ ਛਾਪਰ 'ਚ ਪਵਾ ਕੇ ਘਰ ਰਹਿੰਦੇ, ਮੈਂ ਕਿਹਾ ਅੱਜ ਵੀ ਉਹੀ ਤੁਸੀਂ ਰਵਾਇਤ ਆਪਣੀ ਕਾਇਮ ਰੱਖੀਏ ਕਿ ਨਹੀਂ ਬਦਲ ਦਿੱਤੀ ਜੇ? ਕਿਸੇ ਵੇਲੇ ਦਿਲ ਨਹੀਂ ਲੱਗਦਾ, ਰਾਤੀ ਮੇਰਾ ਮੁੰਡਾ 900 ਦਾ ਪੀਜ਼ਾ ਲੈ ਆਇਆ, ਮੈਂ ਕਿਹਾ ਪੁੱਤਰ ਗੁੱਛੂ ਮੁੱਛੂ ਕਰਕੇ ਮੈਨੂੰ ਡੋਲਣੀ, ਉਹਨੂੰ ਨਹੀਂ ਦਿਲ ਲੱਗਦਾ, ਕੀ ਕਰੀਏ, ਸਾਰੀ ਜ਼ਿੰਦਗੀ ਤਾਂ ਇੰਜ ਹੀ ਖਾਧੇ, ਔਰ ਸਾਡੀ ਡੋਲਣੀ ਵਾਹ ਡੋਲਣੀ ਹੋ ਜਿਹ 'ਚ ਪਹਿਲੀ ਬੁਰਕੀ ਲਾ ਤੈਨੂੰ ਖੀਰ ਦਾ ਜ਼ਾਇਕਾ ਹੋਏਗਾ, ਦੂਜੀ ਬੁਰਕੀ ਲਾ ਥੱਲੇ ਕੋਰਮਾ ਹੋਏਗਾ, ਹੈਂ ਮਿਕਡੋਨਰ ਦੀ ਖੀਰ ਤੈਨੂੰ ਸਿਰਫ ਸਾਡੀ ਡੋਲਣੀ 'ਚ ਲੱਭ ਸਕਦੀ, ਪੂਰਾ ਲਾਹੌਰ ਫਿਰ ਲੈ ਤੈਨੂੰ ਨਹੀਂ ਲੱਭ ਸਕਦੀ। ਅੱਛਾ, ਤੁਸੀਂ ਤੇ ਜੰਜਾਂ ਤੇ ਜਾ ਕੇ ਭੰਡ ਪੂਣਾ ਕਰਦੇ ਜੇ? ਭੰਡ ਪੂਣਾ ਬਸ ਰੰਗ ਪੂਣਾ ਕਰਦੇ ਸੀ, ਸਰਕਾਰ ਹੈਗੇ ਕਿ ਤੁਸੀਂ ਜੰਜਾਂ ਤੇ ਜਾਂਦੇ ਹੋ, ਹਸਾਉਂਦੇ ਹੋ, ਇੰਟਰਟੇਨ ਕਰਦੇ ਹੋ, ਲੋਕ ਤੁਹਾਡਾ ਮਜ਼ਾ ਲੈਂਦੇ ਨੇ, ਤੈਨੂੰ ਕਿੰਨੇ ਐਂਕਰ ਬਣਾਇਆ ਕੋਈ ਸਮਝ ਆਉਣ ਦੀ ਤੇਰੀ ਗੱਲ? ਕਈ ਤਾਂ ਤੇ ਭੰਡ ਪੂਣਾ ਹੈ ਨਾ ਸਾਡੀ ਜ਼ਬਾਨ 'ਚ, ਤੇਰੇ ਵਰਗੀ ਇਸਤਾਨੀ ਕਲਾਸ 'ਚ 3 ਪਰੌਂਠੇ ਖਾ ਕੇ ਸੁੱਤੀ, ਇੱਕਦਮ ਬੱਚਾ ਠੋਣਾ। ਹਾਂ, ਤੁਹਾਡੀ ਜ਼ਬਾਨ 'ਚ ਤੇ ਭੰਡ ਪੂਣਾ ਕਹਿੰਦੇ ਨੇ ਨਾ, ਕਿ ਤੂੰ ਤਾਂ ਤੁਸੀਂ ਤਾਂ ਚੈਨਲ 'ਤੇ ਬੁਲਾਇਆ, ਤੁਸੀਂ ਤਾਂ ਸਾਨੂੰ ਫਨਕਾਰ ਕਹੋ, ਭੰਡ ਪੂਣਾ ਤੁਸੀਂ ਉੱਥੇ ਕਰਦੇ ਹੋ। ਮਤਲਬ ਮੇਰੇ ਕਹਿਣ ਦਾ ਮਕਸਦ ਹੈ ਸੀ ਕਿ ਜਦੋਂ ਤੁਸੀਂ ਭੰਡ ਪੂਣਾ ਲੋਕਾਂ ਦੀ ਜੰਜਾਂ 'ਚ ਕਰਦੇ, ਤੁਹਾਡੇ ਘਰ ਜਦੋਂ ਜੰਜ ਹੁੰਦੀ ਤਾਂ ਤੁਸੀਂ ਆਪ ਹੀ ਕਰਦੇ ਜਾਂ ਭੰਡ ਬਾਹਰੋਂ ਬੁਲਾਉਂਦੇ ਜੇ? ਅਸੀਂ ਫਨਕਾਰ ਲੋਕ ਹਾਂ, ਅਸੀਂ ਆਪ ਹਸਾਉਂਦੇ ਘਰਾਂ 'ਚ, ਆਪ ਜੁਗਤਾਂ ਕਰੀ ਦੀਆਂ, ਸਾਰੇ ਤਾਂ ਸਾਡੇ ਘਰਾਂ 'ਚ ਜੁਗਤਾਂ ਕਰਦੇ, ਸਾਰੇ ਪੈਸੇ ਘਰ 'ਚ ਹੀ ਰਹਿ ਜਾਣਾ ਘਰ ਦੇ ਵਿੱਚ। ਮੈਂ ਕਹਿੰਦਾ ਸਾਡੇ ਗਲੀ ਦੇ ਬਾਹਰ ਨਾ ਇੱਕ ਮਾਸੀ ਬੈਠੀ, ਅੱਛਾ ਉਹਨੇ ਇੱਕ ਬੰਦਾ ਕਹਿੰਦਾ ਮਾਸੀ ਕੱਚੀ ਬਸਤੀ ਆ, ਕਹਿੰਦੀ ਪੁੱਤ ਮੈਨੂੰ ਕੀ ਪਤਾ, ਟੱਕਰ ਮਾਰ ਕੇ ਵੇਖ ਲਾ, ਸਾਰੇ ਹੀ ਜੁਗਤਾਂ ਕਰਦੇ ਨੇ, ਸਹੀ ਕੋਈ ਜੁਗਤਾਂ 'ਚ ਰੁਕਣ ਵਾਲਾ ਬੰਦਾ ਨਹੀਂ। ਘੁਮਿਆਰਪੁਰੇ ਮੈਂ ਕਿਹਾ ਰਕਸ਼ੇ ਵਾਲੇ ਨੂੰ ਗਿਆ, ਮੈਂ ਕਿਹਾ ਯਾਰ ਲਮਰਾ ਜਾਣਾ ਵਾ, ਕਹਿੰਦਾ 200 ਰੁਪਈਆ, ਮੈਂ ਅੱਗੇ ਨੂੰ ਤੁਰ ਪਿਆ, ਮੈਂ ਕਿਹਾ ਬਹੁਤ ਜ਼ਿਆਦਾ ਨੇ, ਮੈਨੂੰ ਆਵਾਜ਼ ਮਾਰ, ਕਹਿੰਦਾ ਉਹ ਭਾਈ ਜੇ ਜ਼ਿਆਦਾ ਨੇ ਤਾਂ 200-100 ਵਾਲੇ ਦੇ ਦੇ, ਹਰ ਬੰਦਾ ਹੀ ਜੁਗਤਾਂ ਕਰਦਾ ਇੱਥੇ, ਬੰਦਾ ਜੁਗਤਾਂ ਕਰਦਾ। ਆ ਮੇਰੇ ਨਿੱਕੇ 2 ਮੁੰਡੇ ਸਕੂਲ ਜਾਂਦੇ ਆ, ਮੈਨੂੰ ਉਸਤਾਨੀ ਨੇ ਗੱਲ ਸੁਣਾਈ, ਮੈਂ ਹੈਰਾਨ ਹੋ ਗਿਆ। ਵੱਡੇ ਮੁੰਡੇ ਨੂੰ ਉਸਤਾਨੀ ਕਹਿੰਦੀ ਤੂੰ ਲੇਟ ਆਇਆ ਸਕੂਲ, ਉਹ ਕਹਿੰਦਾ ਜੀ ਮੇਰੇ ਪੈਸੇ ਡਿੱਗ ਪਏ ਸਨ ਕੁਛ, ਉਹ ਮੇਰੇ ਛੋਟੇ ਮੁੰਡੇ ਨੂੰ ਕਹਿੰਦੀ ਤੂੰ ਕੋ ਲੇਟ ਆਇਆ, ਕਹਿੰਦਾ ਜੀ ਮੈਂ ਹੀ ਤੇ ਉਹਨਾਂ ਦੇ ਪੈਰ ਰੱਖ ਕੇ ਖਲੋਤਾ। ਸੁਣਾਓ ਫਿਰ ਕਿੰਝ ਦੇ ਲੱਗੇ ਅੱਜ ਦੇ ਹਾਸੇ? ਅਸੀਂ ਫਿਰ ਨਵੇਂ ਨਵੇਂ ਹਾਸਿਆਂ ਨਾਲ ਹਾਜ਼ਰ ਹੋਵਾਂਗੇ, ਤੇ ਹਾਂ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ।